ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹ ਜੀ ਨਾਜ਼ਰੀਨ, ਪਾਕਿਸਤਾਨ ਫਿਲਮ ਇੰਡਸਟਰੀ ਦੇ ਨਾਮਵਰ ਅਦਾਕਾਰ ਮੁਹੰਮਦ ਅਲੀ ਸਾਹਿਬ, ਜਿਨ੍ਹਾਂ ਨੂੰ ਸ਼ਹਿਨਸ਼ਾਹ ਜਜ਼ਬਾਤ ਵੀ ਕਿਹਾ ਜਾਂਦਾ, ਉਹਨਾਂ ਦੀ ਜ਼ਿੰਦਗੀ ਦੇ ਵਾਕਿਆਤ ਬਹੁਤ ਜ਼ਿਆਦਾ ਨੇ। ਔਰ ਇੱਕ ਇਸ ਤਰ੍ਹਾਂ ਦਾ ਵੀ ਵਾਕਿਆ ਕਿ ਜਦੋਂ ਉਹ ਪਾਕਿਸਤਾਨ ਫਿਲਮ ਇੰਡਸਟਰੀ ਦੇ ਵਿੱਚ ਫਿਲਮਾਂ ਦੀ ਤਲਾਸ਼ ਦੇ ਵਿੱਚ ਲਾਹੌਰ ਆਏ ਔਰ ਉਹਨਾਂ ਦੀ ਜੇਲ੍ਹ ਦੇ ਵਿੱਚ ਇੱਕ ਪੈਸਾ ਵੀ ਨਹੀਂ ਸੀ, ਅਤੇ ਫਿਰ ਉਹਨਾਂ ਨੂੰ ਇੱਕ ਬਰਫ਼ ਵਾਲੇ ਕਾਰਖਾਨੇ ਦੇ ਵਿੱਚ ਇੱਕ ਕੰਮ ਕਰਨਾ ਪਿਆ, ਦਿਹਾੜੀ ਕਰਨੀ ਪਈ। ਲੇਕਿਨ ਬਰਫ਼ ਵਾਲੇ ਕਾਰਖਾਨੇ ਦੇ ਮਾਲਕ ਨੇ ਉਸ ਦਿਹਾੜੀ ਦੇ ਪੈਸੇ ਵੀ ਅਦਾਕਾਰ ਮੁਹੰਮਦ ਅਲੀ ਸਾਹਿਬ ਨੂੰ ਨਹੀਂ ਦਿੱਤੇ। ਫਿਰ ਅਦਾਕਾਰ ਮੁਹੰਮਦ ਅਲੀ ਸਾਹਿਬ ਨੇ ਉਸ ਦਰਦ ਨੂੰ ਆਪਣੇ ਦਿਲ ਦੇ ਵਿੱਚ ਛੁਪਾ ਕੇ ਰੱਖਿਆ ਸਾਰੀ ਉਮਰ। ਅਤੇ ਫਿਰ ਇੱਕ ਐਸਾ ਵਕਤ ਵੀ ਆਇਆ ਜਦੋਂ ਅਦਾਕਾਰ ਮੁਹੰਮਦ ਅਲੀ ਸਾਹਿਬ ਦੇ ਉੱਤੇ ਪੈਸਾ ਮੀਂਹ ਦੀ ਤਰ੍ਹਾਂ ਵਰਸਿਆ। ਫਿਰ ਉਸ ਨੇ ਉਸ ਪੈਸੇ ਨੂੰ ਗਰੀਬ ਬੱਚਿਆਂ 'ਤੇ, ਯਤੀਮ ਬੱਚਿਆਂ 'ਤੇ ਖਰਚ ਕੀਤਾ, ਉਹਨਾਂ ਦੀ ਕਫਾਲਤ ਕੀਤੀ। ਅਤੇ ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਵਾਕਿਆਤ ਨਾਲ ਭਰੀ ਹੋਈ ਆ। ਇੱਕ ਵਾਕਿਆ ਅੱਜ ਮੈਂ ਤੁਹਾਨੂੰ ਦੱਸਾਂਗਾ ਜਿਹੜਾ ਉਹਨਾਂ ਦੀ ਜ਼ਿੰਦਗੀ ਨੂੰ ਤਬਦੀਲ ਕਰਕੇ ਰੱਖ ਦਿੰਦਾ। ਉਹ ਕੀ ਵਾਕਿਆ ਸੀ, ਉਹਦੀ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ। ਅਦਾਕਾਰ ਮੁਹੰਮਦ ਅਲੀ ਸਾਹਿਬ, ਲੋਕ ਕਹਿੰਦੇ ਹੁੰਦੇ ਸੀ ਇਹ ਕਿਰਦਾਰ ਦੇ ਅੱਛੇ ਨਹੀਂ ਹੈਗੇ, ਬਹੁਤ ਇਹਨਾਂ ਦਾ ਕਿਰਦਾਰ ਬੁਰਾ ਆ, ਲੋਕ ਬੜੇ ਬੜੇ ਇਹਨਾਂ ਦੇ ਉੱਤੇ ਸ਼ੱਕ ਕਰਦੇ ਹੁੰਦੇ ਸੀ। ਲੇਕਿਨ ਇਹ ਸ਼ੱਕ ਸਾਰੇ ਉਹਨਾਂ ਦੇ ਗਲਤ ਸਾਬਤ ਹੁੰਦੇ ਸੀ। ਲੇਕਿਨ ਉਹਨਾਂ ਨੂੰ ਇੱਕ ਸ਼ੌਕ ਸੀ ਜਵਾਨੀ ਦੇ ਵਿੱਚ ਪੀਣੇ ਦਾ, ਅਤੇ ਉਹ ਬਹੁਤ ਦੋਸਤਾਂ ਵਾਸਤੇ ਵੀ ਇਹਤਮਾਮ ਪਲਾਉਣੇ ਦਾ ਕਰਦੇ ਹੁੰਦੇ ਸੀ। ਮਹਿੰਗੀ ਮਹਿੰਗੀ ਸ਼ਰਾਬ ਖਰੀਦਣੀ, ਉਹਨਾਂ ਨੂੰ ਵੀ ਪਿਲਾਉਣੀ, ਉਹ ਸ਼ੌਕ ਜਿਹੜਾ ਸੀ ਉਹ ਵੀ ਫਿਰ ਇੱਕ ਦਿਨ ਖਤਮ ਹੋ ਜਾਂਦਾ ਸੀ ਇਸ ਵਾਕਿਆ ਤੋਂ ਬਾਅਦ। ਅਤੇ ਇਹ ਇਸ ਤਰ੍ਹਾਂ ਕਿ ਸੰਨ 1966 ਦੇ ਵਿੱਚ ਇੱਕ ਸ਼ਬਾਬ ਕਿਰਾਨਵੀ ਦੀ ਫਿਲਮ ਐਨਾ ਬਣਦੀ ਆ, ਉਹਦੀ ਸ਼ੂਟਿੰਗ ਆਊਟਡੋਰ ਕਰਨੀ ਹੁੰਦੀ ਆ। ਸ਼ਬਾਬ ਕਿਰਾਨਵੀ ਦੀ ਫਿਲਮ ਦੇ ਵਿੱਚ ਅਦਾਕਾਰਾ ਦੀਬਾ ਦੇ ਉੱਤੇ ਇੱਕ ਗਾਣਾ ਫਿਲਮਾਉਣਾ ਹੁੰਦਾ ਜਿਹੜਾ ਐਰਨ ਪ੍ਰਵੀਨ ਗਾਉਂਦੀ ਆ, ਅਤੇ ਇਸੇ ਫਿਲਮ ਦੇ ਵਿੱਚ ਉਹ ਗਾਣਾ ਮਸੂਦ ਰਾਣਾ ਸਾਹਿਬ ਵੀ ਗਾਉਂਦੇ ਨੇ। ਇਸ ਗਾਣੇ ਨੂੰ ਖਾਜਾ ਪਰਵੇਜ਼ ਸਾਹਿਬ ਨੇ ਲਿਖਿਆ ਸੀ ਔਰ ਇਸ ਦੀ ਧੁਨ ਜਿਹੜੀ ਸੀ ਤਸੱਦਕ ਹੁਸੈਨ ਨੇ ਤਿਆਰ ਕੀਤੀ ਸੀ, ਔਰ ਇਹ ਬੜੀ ਮਿਊਜ਼ੀਕਲ ਫਿਲਮ ਸੀ ਜਿਹਨੇ ਬਹੁਤ ਕਾਮਯਾਬੀਆਂ ਹਾਸਿਲ ਕੀਤੀਆਂ। ਆਓ ਤੁਹਾਨੂੰ ਉਹ ਫਿਲਮ ਦਾ ਮੈਂ ਗਾਣਾ ਸੁਣਵਾਉਣਾ। ਫਿਲਮ ਇਹਨਾਂ ਦੀ ਸ਼ੂਟਿੰਗ ਵਾਸਤੇ ਪੂਰਾ ਯੂਨਿਟ ਜਿਸ ਵੇਲੇ ਮਰੀ ਪਹੁੰਚ ਜਾਂਦਾ, ਅਤੇ ਇਹ ਗਾਣਾ ਜਿਹੜਾ ਸੀ ਅਦਾਕਾਰ ਮੁਹੰਮਦ ਅਲੀ ਸਾਹਿਬ ਦੇ ਨਾਲ ਦੀਬਾ ਦੇ ਉੱਤੇ ਫਿਲਮਾਉਣਾ ਸੀ, ਜਿਹੜਾ ਉਹਦੇ ਨਾਲ ਰੋਮਾਂਸ ਕਰਦੀਆਂ ਨੇ। ਅਤੇ ਜਿਸ ਵੇਲੇ ਫਿਲਮ ਦੀ ਸ਼ੂਟਿੰਗ ਦਾ ਟਾਈਮ ਹੋਇਆ, ਸਾਰੇ ਫਿਲਮੀ ਯੂਨਿਟ ਮਰੀ ਦੇ ਪਹਾੜਾਂ ਦੇ ਵਿੱਚ, ਜੰਗਲਾਂ ਦੇ ਵਿੱਚ ਜਾਂਦਾ, ਉੱਥੇ ਇਹਦਾ ਇੰਤਖਾਬ ਕੀਤਾ ਜਾਂਦਾ, ਸ਼ੂਟਿੰਗ ਸ਼ੁਰੂ ਹੋ ਜਾਂਦੀ ਆ। ਅਤੇ ਜਿਸ ਵੇਲੇ ਦੁਪਹਿਰ ਦਾ ਟਾਈਮ ਹੁੰਦਾ ਅਤੇ ਅਦਾਕਾਰ ਮੁਹੰਮਦ ਅਲੀ ਸਾਹਿਬ ਨੂੰ ਵੇਖਦੇ ਆ ਵੀ ਬੁਲਾਓ, ਉਹਨਾਂ ਦੇ ਵੀ ਕੁਛ ਸੀਨ ਸ਼ਾਟ ਟੇਕ ਕਰਨੇ ਆ, ਅਤੇ ਉਹਨਾਂ ਨੂੰ ਬੁਲਵਾਓ। ਜਿਸ ਵੇਲੇ ਵੇਖਦੇ ਹਾਂ ਅਤੇ ਉੱਥੇ ਕੋਈ ਅਦਾਕਾਰ ਮੁਹੰਮਦ ਅਲੀ ਨਹੀਂ ਲੱਭਦਾ,
ਸਾਰੇ ਆਸੇ ਪਾਸੇ ਨੱਸਦੇ ਹਾਂ। ਉਹ ਕਹਿੰਦੇ ਆ ਜੀ ਇੱਥੇ ਨਹੀਂ ਹੈਗਾ ਅਦਾਕਾਰ ਮੁੰਦਲੀ ਸਾਹਿਬ। ਕੁਛ ਦੇਰ ਬਾਅਦ ਦੇਖਦੇ ਹਾਂ ਅਤੇ ਉਹ ਪਹਾੜੀ ਦੇ ਉੱਤੋਂ ਉਤਰ ਕੇ ਆਉਂਦਾ। ਉਹਨਾਂ ਨੇ ਬੁੱਕਲ ਮਾਰੀ ਹੁੰਦੀ ਆ ਅਤੇ ਸਲਵਾਰ ਕਮੀਜ਼ ਪਾਈ ਹੁੰਦੀ ਆ ਅਤੇ ਪੈਰੋਂ ਨੰਗੇ ਹੁੰਦੇ ਨੇ। ਸਾਰੇ ਕਹਿੰਦੇ ਨੇ ਉਹ ਆ ਰਹੇ ਨੇ ਅਦਾਕਾਰ ਮੁੰਦਲੀ ਸਾਹਿਬ। ਉਹਨਾਂ ਦੀਆਂ ਅੱਖਾਂ ਲਾਲ ਹੋਈਆਂ ਹੋਈਆਂ, ਵਾਲ ਖਿਲਰੇ ਹੋਏ ਹੁੰਦੇ ਨੇ। ਜਿਸ ਵੇਲੇ ਉਹ ਆਉਂਦੇ ਨੇ ਸ਼ਬਾਬ ਕਰਾਨਵੀ ਸਾਹਿਬ ਪੁੱਛਦੇ ਨੇ ਤੁਸੀਂ ਕਿੱਥੇ ਗਏ ਸੀ। ਅਦਾਕਾਰ ਮੁੰਦਲੀ ਸਾਹਿਬ ਦੀ ਇਹ ਆਦਤ ਸੀ ਕਿ ਜਿਸ ਵੇਲੇ ਉਹਨਾਂ ਨੇ ਜਵਾਬ ਕੋਈ ਨਹੀਂ ਦੇਣਾ ਹੁੰਦਾ ਸੀ ਉਹ ਖਮੋਸ਼ੀਅਤ ਤਿਆਰ ਕਰ ਲੈਂਦੇ ਸੀ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਹਨਾਂ ਨੇ ਕਿਹਾ ਜੀ ਮੈਂ ਤਿਆਰ ਹੋ ਕੇ ਆਉਣਾ, ਤੁਸੀਂ ਸ਼ੂਟਿੰਗ ਦਾ ਬੰਦੋਬਸਤ ਕਰੋ। ਅਤੇ ਅਦਾਕਾਰ ਮੁੰਦਲੀ ਸਾਹਿਬ ਫਿਰ ਜਾਂਦੇ ਨੇ, ਨਹਾਉਂਦੇ ਧੋਂਦੇ ਨੇ, ਕੱਪੜੇ ਬਦਲ ਕੇ ਆ ਜਾਂਦੇ ਨੇ। ਉਹ ਸਿਰੇ ਕੁਛ ਸੀਨ ਜਿਹੜਾ ਸੀ ਰਿਕਾਰਡ ਕਰਾਉਂਦੇ ਨੇ। ਦੂਸਰੇ ਦਿਨ ਫਿਰ ਫਿਲਮ ਦਾ ਗਾਣਾ ਜਿਹੜਾ ਸੀ ਅਦਾਕਾਰ ਦੀਬਾ ਦੇ ਉੱਤੇ ਫਿਲਮਾਉਣਾ ਸੀ। ਇਹ ਅਦਾਕਾਰ ਮੁੰਦਲੀ ਸਾਹਿਬ ਉਹਨਾਂ ਦੇ ਨਾਲ ਰੋਮਾਂਸ ਕਰਦੇ ਨੇ ਅਤੇ ਇਹ ਫਿਲਮਾਉਣਾ ਸੀ। ਅਤੇ ਜਿਸ ਵੇਲੇ ਦੇਖਦੇ ਨੇ ਅਦਾਕਾਰ ਮੁੰਦਲੀ ਸਾਹਿਬ ਨੂੰ ਉੱਥੇ ਲੱਭਦੇ ਨੇ ਉਹਦੀ ਸ਼ੂਟਿੰਗ ਵਾਸਤੇ ਵੀ ਗਾਣਾ ਇਹ ਸੀਨ ਕਰਨਾ ਆ, ਅਤੇ ਅਦਾਕਾਰ ਮੁੰਦਲੀ ਸਾਹਿਬ ਫਿਰ ਨਹੀਂ ਲੱਭਦੇ। ਉਹ ਫਿਰ ਗਾਇਬ ਹੋ ਜਾਂਦੇ ਨੇ, ਜੰਗਲ ਦੇ ਵਿੱਚ ਚਲ ਜਾਂਦੇ। ਫਿਰ ਜਿਸ ਵੇਲੇ ਉਹ ਵਾਪਸ ਆਉਂਦੇ ਨੇ, ਸ਼ਬਾਬ ਕਿਰਾਨਵੀ ਸਾਹਿਬ ਪੁੱਛਦੇ ਨੇ ਮੁੰਦਲੀ ਸਾਹਿਬ ਨੂੰ ਤੁਸੀਂ ਕਿੱਥੇ ਗਏ ਸੀ। ਅਤੇ ਉਹ ਦੱਸਦੇ ਨੇ ਮੈਂ ਇੱਕ ਜੰਗਲ ਦੇ ਵਿੱਚ ਗਿਆ ਸੀ। ਸ਼ਬਾਬ ਕਿਰਾਨਵੀ ਸਾਹਿਬ ਕਹਿੰਦੇ ਨੇ ਜੰਗਲ ਦੇ ਵਿੱਚ ਤਾਂ ਬੜੇ ਜਾਨਵਰ ਰਹਿੰਦੇ ਨੇ ਅਤੇ ਤੁਸੀਂ ਉੱਥੇ ਕੀ ਕਰਨ ਗਏ ਸੀ। ਖੂੰਖਾਰ ਜਾਨਵਰ ਨੇ ਜਿਹੜੇ ਉਹ ਕਦੇ ਵੀ ਕਿਸੇ ਕਿਸਮ ਦਾ ਨੁਕਸਾਨ ਪਹੁੰਚਾ ਸਕਦੇ ਨੇ। ਅਦਾਕਾਰ ਮੁੰਦਲੀ ਸਾਹਿਬ ਕਹਿੰਦੇ ਨੇ ਮੈਂ ਉਹ ਜਾਨਵਰਾਂ ਨੂੰ ਮਿਲਣ ਗਿਆ ਸੀ ਔਰ ਆਪਣੇ ਅੰਦਰ ਦਾ ਜਾਨਵਰ ਮਾਰਨ ਗਿਆ ਸੀ। ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਕੱਲ੍ਹ ਮੇਰੇ ਨਾਲ ਚੱਲਣਾ ਔਰ ਮੈਂ ਤੁਹਾਨੂੰ ਉੱਥੇ ਜਾ ਕੇ ਵਿਖਾਵਾਂਗਾ। ਖੈਰ ਫਿਰ ਉਹ ਅਦਾਕਾਰ ਮੁੰਦਲੀ ਦੇ ਉੱਤੇ ਅਦਾਕਾਰ ਦੀਬਾ ਦਾ ਜਿਹੜਾ ਗਾਣਾ ਸੀ ਫਰਮਾਉਣਾ ਉਹ ਫਰਮਾਇਆ ਗਿਆ। ਦੂਸਰੇ ਦਿਨ ਫਿਰ ਉਸਦਾ ਥੋੜ੍ਹਾ ਜਿਹਾ ਹਿੱਸਾ ਰਹਿੰਦਾ ਸੀ। ਜਿਸ ਵੇਲੇ ਦੇਖਦੇ ਹਾਂ ਕਿ ਮੁੰਦਲੀ ਸਾਹਿਬ ਫਿਰ ਨਹੀਂ ਮਿਲਦੇ ਅਤੇ ਫਿਰ ਸ਼ਬਾਬ ਕਿਰਾਨਵੀ ਸਾਹਿਬ ਕਹਿੰਦੇ ਨੇ ਯਾਰ ਕਿਹੜੀ ਐਸੀ ਚੀਜ਼ ਆ ਜਿਹੜੀ ਤੂੰ ਵੇਖਣ ਜਾਂਦਾ, ਮੈਨੂੰ ਵੀ ਨਾਲ ਲੈ ਕੇ ਜਾ। ਇਸ ਤਰ੍ਹਾਂ ਫਿਰ ਦੂਸਰੇ ਦਿਨ ਜਿਸ ਵੇਲੇ ਉੱਠੇ ਅਤੇ ਸ਼ਬਾਬ ਕਿਰਾਨਵੀ ਸਾਹਿਬ ਨੂੰ ਅਦਾਕਾਰ ਮੁਹੰਮਦ ਅਲੀ ਸਾਹਿਬ ਨਾਲ ਲੈ ਜਾਂਦੇ। ਬਹੁਤ ਬੜਾ ਜੰਗਲ ਹੁੰਦਾ, ਪਹਾੜੀਆਂ ਦੇ ਉੱਤਰ ਕੇ ਜਾਣਾ ਪੈਂਦਾ, ਬੜੀ ਮੁਸ਼ਕਲ ਪੇਸ਼ ਆਉਂਦੀ ਸ਼ਬਾਬ ਕਿਰਾਨਵੀ ਸਾਹਿਬ ਨੂੰ। ਆਖਿਰਕਾਰ ਉਹ ਉੱਥੇ ਘਣੇ ਜੰਗਲ ਦੇ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਬਹੁਤ ਸਾਰੇ ਬਾਂਦਰ ਵੀ ਹੁੰਦੇ ਨੇ, ਜੰਗਲੀ ਕੁੱਤੇ ਵੀ ਹੁੰਦੇ ਨੇ। ਫਿਰ ਅੰਦਰ ਸਾਹਮਣੇ ਇੱਕ ਵੇਖਦੇ ਨੇ ਝੌਂਪੜੀ ਹੁੰਦੀ ਆ, ਇੱਕ ਢਾਰਾ ਜਿਹਾ ਬਣਿਆ ਹੁੰਦਾ, ਉਸ ਝੌਂਪੜੀ ਦੇ ਅੰਦਰ ਇਹ ਦਾਖਲ ਹੋ ਜਾਂਦੇ ਨੇ। ਜਿਸ ਵੇਲੇ ਦਾਖਲ ਹੁੰਦੇ ਨੇ ਉੱਥੇ ਵੇਖਦੇ ਨੇ ਕਿ ਇੱਕ ਆਦਮੀ ਮਸੱਲੇ 'ਤੇ ਬੈਠਾ ਆ, ਤਸਵੀ ਲੈ ਕੇ ਅਤੇ ਅੱਲਾ ਅੱਲਾ ਕਰ ਰਿਹਾ। ਅਤੇ ਅਦਾਕਾਰ ਮੁੰਦਲੀ ਸਾਹਿਬ ਜਾ ਕੇ ਉੱਥੇ ਇਹ ਦੋਨੋਂ ਮਿਲਦੇ ਨੇ ਅਤੇ ਅਦਾਕਾਰ ਮੁੰਦਲੀ ਸਾਹਿਬ ਨੇ ਸ਼ਬਾਬ ਕਿਰਾਨਵੀ ਸਾਹਿਬ ਦਾ ਉਹਨਾਂ ਨੂੰ ਤਾਰਫ ਕਰਾਇਆ। ਜਿਸ ਵੇਲੇ ਤਾਰਫ ਕਰਾਇਆ ਉਹਨਾਂ ਨੇ ਵੇਖਦਿਆਂ ਹੀ ਸ਼ਬਾਬ ਕਿਰਾਨਵੀ ਸਾਹਿਬ ਨੂੰ ਕਿਹਾ ਕਿ ਹਾਫਜ਼ ਸਾਹਿਬ ਇਸ ਦੁਨੀਆ ਵਾਸਤੇ ਹੀ ਨਾ ਸਾਰਾ ਕੁਛ ਕਰੋ, ਕੁਛ ਅੱਲਾ ਅੱਲਾ ਵੀ ਕਰ ਲਓ। ਅਤੇ ਸ਼ਬਾਬ ਕਿਰਾਨਵੀ ਸਾਹਿਬ ਬੜੇ ਪਰੇਸ਼ਾਨ ਹੋ ਗਏ ਕਿ ਇਸ ਬੰਦੇ ਨੂੰ ਕਿੱਦਾਂ ਪਤਾ ਕਿ ਮੈਂ ਹਾਫਜ਼ੇ ਕੁਰਾਨ ਹਾਂ। ਹੈਰਾਨ ਹੋ ਗਏ ਅਤੇ ਉਸ ਬਾਬਾ ਜੀ ਨੇ, ਸ਼ਾਹ ਬਾਬਾ ਸੀ ਉਹਨਾਂ ਦਾ ਨਾਮ, ਸ਼ਾਹ ਬਾਬਾ ਜੀ ਉਹਨਾਂ ਨੇ ਕਿਹਾ ਕਿ ਕੁਰਾਨ ਇੱਕ ਐਸਾ ਜਿਹੜਾ ਬੰਦੇ ਦੇ ਚਿਹਰੇ 'ਤੇ ਨੂਰ ਦੀ ਤਰ੍ਹਾਂ ਬਰਸਦਾ, ਬਿਖਰਦਾ, ਚਿਹਰੇ ਦੇ ਉੱਤੇ ਨੂਰਾਨੀਅਤ ਆ ਜਾਂਦੀ ਆ, ਲੇਕਿਨ ਜਿਸ ਵੇਲੇ ਕੁਰਾਨ ਨੂੰ ਤੁਸੀਂ ਭੁੱਲ ਜਾਂਦੇ ਹੋ, ਲੇਕਿਨ ਕੁਰਾਨ ਤੁਹਾਨੂੰ ਨਹੀਂ ਭੁੱਲਦਾ ਹੈਗਾ।
ਕੁਰਾਨ ਨੂੰ ਯਾਦ ਰੱਖੋ। ਫਿਰ ਅਦਾਕਾਰ ਮੁਹੰਮਦ ਅਲੀ ਸਾਹਿਬ ਨੇ ਫਿਰ ਦੱਸਿਆ ਕਿ ਇਹ ਮੇਰੇ ਬਜ਼ੁਰਗ ਨੇ, ਦੋਸਤ ਨੇ, ਜਦੋਂ ਮੈਂ ਅਦਾਕਾਰਾ ਜ਼ੇਬਾ ਬੇਗਮ ਨੂੰ ਚੰਡ ਮਾਰੀ ਸੀ ਉਦੋਂ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ। ਇਹ ਮੇਰੇ ਉਸਤਾਦ ਵੀ ਨੇ, ਮੁਲਤਾਨ ਦੇ ਰਹਿਣ ਵਾਲੇ ਨੇ, ਮਦਰੱਸੇ 'ਚ ਉਦੋਂ ਮੇਰੇ ਬਚਪਨ ਸੀ ਜਦੋਂ ਪੜ੍ਹਾਉਂਦੇ ਹੁੰਦੇ ਸੀ। ਅਤੇ ਫਿਰ ਮੈਂ ਇਹਨਾਂ ਦਾ ਐਡਰੈਸ ਲੈ ਕੇ ਇੱਥੇ ਆ ਗਿਆ ਸੀ। ਮੈਨੂੰ ਪਤਾ ਲੱਗਾ ਸੀ ਕਿ ਇਹ ਇੱਥੇ ਚਿਲਾ ਕਰਨ ਆਏ ਨੇ ਔਰ ਮੈਂ ਇਹਨਾਂ ਨੂੰ ਮਿਲਣ ਵਾਸਤੇ ਇੱਥੇ ਆ ਗਿਆ। ਅਤੇ ਉਸ ਤੋਂ ਇੱਕ ਸਾਲ ਬਾਅਦ ਫਿਰ ਮੇਰੀ ਸ਼ਾਦੀ ਅਦਾਕਾਰਾ ਜ਼ੇਬਾ ਦੇ ਨਾਲ ਹੋ ਗਈ। ਅਤੇ ਫਿਰ ਇੱਕ ਟਾਈਮ ਐਸਾ ਵੀ ਆਇਆ ਫਿਰ ਅਦਾਕਾਰ ਮੁਹੰਮਦ ਅਲੀ ਸਾਹਿਬ ਦੇ ਉੱਤੇ ਕਿ ਉਸ ਤੋਂ ਬਾਅਦ ਫਿਰ ਉਹਨਾਂ ਨੇ ਪੀਣੇ ਪਿਲਾਣੇ ਦਾ ਕੰਮ ਵੀ ਖਤਮ ਕਰਤਾ, ਸ਼ਰਾਬ ਪੀਣੀ ਛੱਡ ਦਿੱਤੀ। ਫਿਰ ਉਹਨਾਂ ਨੇ ਫਲਾਹੀ ਅਦਾਰਾ ਇੱਕ ਅਲੀਜ਼ੇ ਫਾਊਂਡੇਸ਼ਨ ਦੇ ਨਾਮ ਤੋਂ ਬਣਾਇਆ ਅਤੇ ਫਿਰ ਉਹਨਾਂ ਨੇ ਗਰੀਬ ਬੱਚਿਆਂ ਦੀ ਕਫਾਲਤ ਦਾ ਬੜਾ ਬੰਦੋਬਸਤ ਕੀਤਾ। ਉਹਨਾਂ ਦੇ ਅਦਾਰੇ ਬਣਾਏ ਔਰ ਉਹਨਾਂ ਦੀ ਕਫਾਲਤ ਕੀਤੀ, ਗਰੀਬਾਂ 'ਤੇ ਹੱਥ ਰੱਖਦੇ ਸੀ। ਇਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਦਾ ਇਹ ਵਾਕਿਆ ਸੀ ਜਿਹੜਾ ਉਹਨਾਂ ਦੀ ਜ਼ਿੰਦਗੀ ਨੂੰ ਚੇਂਜ ਕਰਕੇ ਰੱਖ ਦਿੰਦਾ, ਤਬਦੀਲ ਕਰਕੇ ਰੱਖ ਦਿੰਦਾ ਸ਼ਾਹ ਬਾਬਾ ਦੀ ਨਿਗਾਹ ਦੀ ਵਜ੍ਹਾ ਦੇ ਨਾਲ। ਇਹ ਵਾਕਿਆ ਸੀ ਜਿਹੜਾ ਮੈਂ ਤੁਹਾਨੂੰ ਸੁਣਾਇਆ, ਉਮੀਦ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤ।